ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਹਾਂ ਜੀ ਨਵੀਂ ਅਪਡੇਟ ਪੰਜਾਬ ਹੈਲਥ ਡਿਪਾਰਟਮੈਂਟ ਭਰਤੀ ਦੇ ਸਬੰਧ ਵਿੱਚ ਅੱਜ ਦੀ ਤਾਜ਼ਾ ਅਪਡੇਟ ਉਸ ਤੋਂ ਪਹਿਲਾਂ ਰਿਕਵੈਸਟ ਹੈ ਜੇ ਡੀਬੀ ਸਟੂਡੈਂਟ ਤੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਜੀ ਤੇ ਨਾਲ ਦੀ ਨਾਲ ਆਪਣੇ ਇੰਸਟਾਗ੍ਰਾਮ ਤੇ ਟੈਲੀਗ੍ਰam ਚੈਨਲਾਂ ਨੂੰ ਜ਼ਰੂਰ ਜੁਆਇਨ ਤੇ ਫਾਲੋ ਕਰ ਲਵੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਗੱਲ ਕਰਾਂਗੇ ਜੀ ਜੁਆਇਨਿੰਗ ਲੈਟਰਾਂ ਦੇ ਸਬੰਧ ਵਿੱਚ ਪੈਰਾਮੈਡੀਕਲ ਸਟਾਫ ਅਤੇ ਸਟਾਫ ਨਾਲ ਸਭਰਤੀ ਦੇ ਸਬੰਧ ਵਿੱਚ ਸੋ ਨਾਲ ਦੀ ਨਾਲ ਆਪਣੇ ਸਟਾਫ ਨਰਸ 922 ਜਿਹੜਾ ਗਰੁੱਪ ਹੈ ਉਸ ਨੂੰ ਜ਼ਰੂਰ ਜੁਆਇਨ ਕਰ ਲਵੋ ਉਸ ਵਿੱਚੋਂ ਤੁਹਾਨੂੰ ਮੋਸਟ ਇੰਪੋਰਟੈਂਟ ਜਾਣਕਾਰੀ ਮਿਲਦੀ ਰਹੇਗੀ ਜੁਆਇਨਿੰਗ ਲੈਟਰਾਂ ਦੇ ਸੰਬੰਧ ਵਿੱਚ ਠੀਕ ਹੈ ਜੀ ਸੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਭਗਵਾਨਤਮਾਨ ਅਤੇ ਪੰਜਾਬ ਦੇ ਕੈਬਨਿਟ ਮਿਨਿਸਟਰੀ ਯਾਨੀ ਕਿ ਹੈਲਥ ਮਿਨਿਸਟਰ ਵਿਜੇ ਸਿੰਘ ਲਾਹੌਰਾਂ ਦੇ ਦੋ ਬਿਆਨ ਜਿਹੜੇ ਕਿ ਆਏ ਹਨ ਹੈਲਥ ਡਿਪਾਰਟਮੈਂਟ ਦੇ ਨਾਲ ਰਿਲੇਟਡ ਉਸ ਦੀ ਜਾਣਕਾਰੀ ਦਵਾਂਗੇ ਜੀ ਨੰਬਰ 1 ਤੇ ਤੁਸੀਂ ਦੇਖ ਸਕਦੇ ਹੋ ਕਿ ਮਾਨ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਜਾ ਰਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਖੋਲਣ ਦੀ ਤਿਆਰੀ ਯਾਨੀ ਕਿ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲੇ ਜਾਣਗੇ ਅਤੇ 5 ਸਾਲਾਂ ਵਿੱਚ ਜਿਹੜੀਆਂ ਐਮਬੀਬੀਐਸ ਦੀਆਂ ਸੀਟਾਂ ਨੇ ਉਹ ਦੁੱਗਣੀਆਂ ਕੀਤੀਆਂ ਜਾਣਗੀਆਂ ਯਾਨੀ ਕਿ ਦੁੱਗਣੀਆਂ ਹੋਣਗੀਆਂ ਸੋ ਹੈਲਥ ਡਿਪਾਰਟਮੈਂਟ ਦੇ ਵਿੱਚ ਦੇ ਲਈ ਇਹ ਚੰਗੀ ਖਬਰ ਆ ਸੋ ਨਾਲ ਦੀ ਨਾਲ ਇਹਨਾਂ ਦਾ ਜਿਹੜਾ ਮੇਨ ਮੋਟਿਵ ਇਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਹੈਲਥ ਡਿਪਾਰਟਮੈਂਟ ਦੇ ਵਿੱਚ ਸੁਧਾਰ ਕਰਨਾ ਹੋਵੇਗਾ ਸੋ ਜੇਕਰ ਇਹਨਾਂ ਨੇ ਹੈਲਥ ਡਿਪਾਰਟਮੈਂਟ ਦੇ ਵਿੱਚ ਸੁਧਾਰ ਕੀਤਾ ਤਾਂ ਨਾਰਮਲੀ ਗੱਲ ਆ ਕਿ ਸਟਾਫ ਦੀ ਵੀ ਜ਼ਿਆਦਾ ਜ਼ਰੂਰਤ ਹੋਵੇਗੀ ਸੋ ਭਰਤੀਆਂ ਵੀ ਜ਼ਿਆਦਾ ਨਿਕਲਣਗੀਆਂ ਹੈਲਥ ਡਿਪਾਰਟਮੈਂਟ ਦੇ ਵਿੱਚ ਸੋ ਇੱਕ ਵਧੀਆ ਖਬਰ ਆ ਸੋ ਨੈਕਸਟ ਆ ਜੀ ਆਪਾਂ ਦੇਖ ਸਕਦੇ ਹਾਂ ਕਿ ਹੈਲਥ ਮਿਨਿਸਟਰ ਸਾਹਿਬ ਦਾ ਇੱਕ ਬਿਆਨ ਆ ਕਿ ਨਰਸਿੰਗ ਸਟਾਫ ਦੀਆਂ ਜਿਹੜੀਆਂ ਖਾਲੀ ਅਸਾਮੀਆਂ ਤੇ ਪੱਕੀ ਭਰਤੀ ਕਰਾਂਗੇ ਸਿੰਗਲਾ ਸਰਕਾਰ ਵੱਲੋਂ ਨਰਸਿੰਗ ਸਿਸਟਰਸ ਦੇ ਅਹੁਦੇ ਨੂੰ ਨਰਸਿੰਗ ਅਫਸਰ ਵਜੋਂ ਤਬਦੀਲ ਕਰਨ ਨੂੰ ਪ੍ਰਵਾਨਗੀ ਠੀਕ ਹੈ ਜੀ ਸੋ ਇਹਨਾਂ ਨੇ ਇੱਥੇ ਕਿਹਾ ਵਾ ਕਿ ਜਿਹੜੀਆਂ ਨਰਸਿੰਗ ਸਟਾਫ ਦੀਆਂ ਖਾਲੀ ਅਸਾਮੀਆਂ ਨੇ ਉਹਨਾਂ ਤੇ ਪੱਕੀ ਭਰਤੀ ਕੀਤੀ ਜਾਊਗੀ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਨਰਸਿੰਗ ਸਟਾਫ ਦੀਆਂ ਮੰਗਾਂ ਸਮਾਬੱਧ ਤਰੱਕੀ ਨਾਲ ਪੂਰੀਆਂ ਕੀਤੀਆਂ ਜਾਣਗੀਆਂ ਉਹਨਾਂ ਜਲਦੀ ਹੀ ਨਰਸਿੰਗ ਸਟਾਫ ਦੀਆਂ ਸਾਰੀਆਂ ਤੁਸੀਂ ਰੀਡ ਕਰ ਸਾਰੀਆਂ ਖਾਲੀ ਅਸਾਮੀਆਂ ਤੇ ਪੱਕੀ ਭਰਤੀ ਕਰਨ ਦਾ ਐਲਾਨ ਵੀ ਕੀਤਾ ਹੈ ਠੀਕ ਹੈ ਜੀ ਇਹ ਰਜ਼ਿੰਦਰਾ ਹਸਪੀਟਲ ਆਈ ਸੀਗੇ ਸੋ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਇਹ ਸਿਰਫ ਬਿਆਨ ਹੀ ਰਹਿ ਜਾਂਦੇ ਨੇ ਜਾਂ ਇਹਨਾਂ ਤੇ ਮਤਲਬ ਇਹ ਲਾਗੂ ਵੀ ਹੁੰਦੇ ਆ ਕਿ ਕਦੋਂ ਤੱਕ ਜਿਹੜੀਆਂ ਖਾਲੀ ਅਸਾਮੀਆਂ ਨੇ ਉਹ ਭਰੀਆਂ ਜਾਣਗੀਆਂ ਸੋ ਇਹ ਵੀ ਇੱਕ ਚੰਗੀ ਖਬਰ ਆ ਜੀ ਨਰਸਿੰਗ ਕੈਂਡੀਡੇਟਸ ਦੇ ਲਈ ਹੈਲਥ ਡਿਪਾਰਟਮੈਂਟ ਵਾਲੇ ਕੈਂਡੀਡੇਟਸ ਦੇ ਲਈ ਸੋ ਨਾਲ ਦੀ ਨਾਲ ਹੁਣ ਆਪਾਂ ਗੱਲ ਕਰਦੇ ਆ ਜੀ ਜੁਆਇਨਿੰਗ ਲੈਟਰਸ ਦੀ ਜਿਹੜੇ ਜੁਆਇਨਿੰਗ ਲੈਟਰਸ ਸਟਾਫ ਨਰਸ ਅਤੇ ਪੈਰਾਮੈਡੀਕਲ ਵਾਲੇ ਬੱਚਿਆਂ ਨੂੰ ਮਿਲਣੇ ਨੇ ਸੋ ਉਹ ਕੱਲ ਰਜਿਸਟਰੀਆਂ ਹੋ ਕੇ ਕੋਰੀਅਰ ਹੋ ਗਏ ਨੇ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਕੱਲ ਡੀਆਰਐਮੀ ਨੇ ਸ਼ਾਮ ਨੂੰ ਇੱਕ ਨੋਟਿਸ ਜਾਰੀ ਕੀਤਾ ਸੀਗਾ ਕਿ ਜਿਹੜੇ ਵੀ ਬੱਚੇ ਐਲੀਜੀਬਲ ਨੇ ਜਿਹੜੇ ਵੀ ਬੱਚੇ ਸਿਲੈਕਟ ਹੋਏ ਨੇ ਉਹਨਾਂ ਨੂੰ ਬਾਏ ਪੋਸਟ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਜੁਆਇਨਿੰਗ ਲੈਟਰ ਆ ਉਹ ਉਹਨਾਂ ਦੇ ਘਰੇ ਮਿਲ ਜਾਣਗੇ ਸੋ ਉਹ ਕੋਰੀਅਰ ਹੋ ਚੁੱਕੇ ਆ ਆਉਣ ਵਾਲੇ ਸੋਮਵਾਰ ਮੰਗਲ ਬੁੱਧ ਤੱਕ ਤੁਹਾਨੂੰ ਉਹ ਤੁਹਾਡੇ ਆਪਣੇ ਆਪਣੇ ਘਰੇ ਜਿਹੜੇ ਸਿਲੈਕਟ ਹੋਇਆ ਬੱਚੇ ਜੁਆਇਨਿੰਗ ਲੈਟਰ ਮਿਲ ਜਾਣਗੇ ਤੇ ਬਾਕੀ ਨਾਲ ਦੀ ਨਾਲ ਜੇ ਫਾਈਨਲ ਲਿਸਟ ਦੇ ਸਬੰਧ ਵਿੱਚ ਕੋਈ ਇਨਫੋਰਮੇਸ਼ਨ ਆਉਂਦੀ ਆ ਹੁਣ ਅੱਜ ਸੈਚਰਡੇ ਆ ਕੱਲ ਸੰਡੇ ਆ ਅੱਜ ਤਾਂ ਛੁੱਟੀ ਆ ਠੀਕ ਹੈ ਜੀ ਦੋ ਦਿਨ ਆਫ ਹੁੰਦਾ ਵਾ ਸੋ ਜੇ ਕੋਈ ਮੰਡੇ ਟਿਊਜ਼ ਦੇ ਤਾਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ ਸੋ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲਿਓ ਜੀ ਧੰਨਵਾਦ